ਕਾਟਲਾ ਜੀ ਇਹ ਬੱਟੀ ਆ ਜੀ ਇਹ ਕਿਹੜਾ ਕੱਟਾ ਕੱਟ ਗਲਤ ਛੱਡਿਆ ਵੈ ਕੱਟ ਗਲਤ ਦੇ ਕਾਰਨ ਪਿੱਛੇ ਵਈ ਲੱਗੇ ਵੇ ਸੀਗੇ ਗੱਡੀ ਵਾਲੇ ਪਤਾ ਗੱਡੀ ਵਾਲੇ ਵੇਰੇ ਚੱਕਿਆ ਪਤਾ ਪਹਿਲਾਂ ਚੱਕੇ ਵੇ ਸੀਗੇ ਮੇਰੀ ਯਾਰ ਚੱਕ ਕੇ ਗੱਡੀ ਆ ਕੇ ਵਿੱਚ ਸਾਡੇ ਟਲ ਕੇ ਜਾ ਕੇ ਵੱਜੀ ਪ੍ਰਸ਼ਾਸਨ ਦੀ ਗਲਤੀ ਨਹੀਂ ਵੱਜੀ ਇਹ ਪ੍ਰਸ਼ਾਸਨ ਦੀ ਗਲਤੀ ਆ ਬਸ ਉਸੇ ਡਿਊਟੀ ਵਜਾਉਣੀ ਪ੍ਰਸ਼ਾਸਨ ਨੇ ਉਸ ਤੋਂ ਬਾਅਦ ਗੱਡੀ ਆ ਕੇ ਖੜੀਆਂ ਲੈ ਬਾਟਿਆਂ ਲੈ ਸਾਡੇ ਕਿਹੜਾ ਛਵਿਕ ਜੋ ਭੰਨ ਤੇ ਗੱਡੀ ਪਲਟ ਗਈ ਆਪਣੀ ਟਰਾਲੀ ਧਰਨੇ 'ਚ 6-7 ਬੰਦੇ ਪਏ ਸੀ ਮੂਹਰੇ ਮੱਝੇ ਡਾਹੇ ਵੀ ਨੇ ਹਾਂ ਵੱਡਾ ਹਾਦਸਾ ਵੀ ਹੋ ਸਕਦਾ ਜੀ ਬੰਦੇ ਮਰ ਵੀ ਜਾਂਦੇ ਟਰਾਲੀ ਉੱਤੇ ਭਾਜੀ ਮੰਗ ਇਹੀ ਕਰ ਰਿਹਾ ਪ੍ਰਸ਼ਾਸਨ ਪ੍ਰਸ਼ਾਸਨ ਦੀ ਕਾਰਵਾਈ ਹੋਵੇ ਕਿ ਉੱਥੇ ਕੋਈ ਡਿਊਟੀ ਨਹੀਂ ਉਹਨਾਂ ਦੀ ਭਾਜੀ ਇਹ ਜੀ ਸਾਡੇ ਘੱਟ ਗਲਤ ਛੱਡਿਆ ਵਾਗਾ ਮਹਿਕਮੇ ਦਾ ਇਹਦੇ ਪ੍ਰਤੀ ਧਰਨਾ ਲਾਇਆ ਸੀ 7 ਦਿਨ ਹੋ ਗਏ ਧਰਨਾ ਲਾਇਆ ਨੂੰ ਪਿੰਡ ਵਾਸੀਆਂ ਵੀ ਅਤੇ ਗ੍ਰਾਹ ਜਥੇਬੰਦੀ ਬੰਨਿਓ ਤੇ ਉੱਤਰ ਪ੍ਰਾਂ ਮੰਨ ਲਾ ਵੀ ਪ੍ਰੋਪਰ ਬੈਰੀਗੇਟ ਧਰੇ ਵੇ ਨੇ 2 ਕਿਲੋਮੀਟਰ ਪਿੱਛੇ ਵੀ ਜਾਂ ਤਾਂ ਕਿਸੇ ਨੇ ਰਾਤ ਬੈਰੀਗੇਟ ਪਾਸੇ ਕਰ ਗਿਆ ਕੋਈ ਬੰਦਾ ਵੀ ਗੱਡੀ ਸੁਭਾ ਆਈ ਟਾਲੀਆਂ ਨੂੰ ਭੰਨ ਕੇ ਗਾਂ ਧਰਨੇ ਵਾਲਿਆਂ ਦੇ ਉੱਤੇ ਆ ਜੀ ਜਾਣੀ ਨੁਕਸਾਨ ਤੋਂ ਤਾਂ ਬਚਤ ਹੋ ਗਈ ਵੀ ਉਹ ਮੰਨ ਲਾ ਗੱਡੀ ਵੀ ਟੁੱਟ ਗਈ ਟਰਾਲੀ ਮੁੱਧੀ ਮਾਰ ਗਈ ਭੰਨ ਤਾਂ ਖਾ ਸਕੋ ਕਿਹੜੀ ਗੱਡੀ ਸੀ ਕਿਵੇਂ ਇਹ ਸਕਾਰਪੀਓ ਗੱਡੀ ਆ ਜੀ ਮੈਨੂੰ ਲੱਗਾ ਅੰਮ੍ਰਿਤਸਰ ਨੂੰ ਜਾ ਰਹੀ ਸੀ ਅੰਮ੍ਰਿਤਸਰ ਨਹਾਉਣ ਜਾਂਦੇ ਸੀਗੇ ਬੰਦੇ ਐਂ ਕੋਈ ਪਤਾ ਨਹੀਂ ਲੱਗਾ ਵੀ ਬ੍ਰੇਕ ਬਰੂਕ ਲੱਗੇ ਨੀ ਗੱਡੀ ਟਰਾਲੀਆਂ 'ਚ ਵੱਜ ਕੇ ਗਾਂ ਬੰਦੇ ਧਰਨੇ 'ਚ ਹੁੰਦੇ ਜਿਹੜੇ ਰਾਤ ਨੂੰ ਉਹ ਤਕਰੀਬਨ ਸਾਰੇ ਬਚਤ ਆ ਬੰਦੇ ਪਾਸੇ ਪਏ ਸੀਗੇ ਜਾਂ ਤਾਂ ਟਾਲੀਆਂ ਪਲਟਾ ਦੀਆਂ ਟਾਲੀਆਂ ਤੁਸੀਂ ਦੇਖ ਲਓ ਟਾਲੀਆਂ ਪਲਟੀਆਂ ਪਈਆਂ ਗੱਡੀ ਵੀ ਨਿਸ਼ਾਨੀ ਜੀ ਬਹੁਤ ਇਹ ਕੁਝ ਦਿਨ ਪਹਿਲਾਂ ਮਤਲਬ ਨੇ ਚੀਮਾ ਕੱਟ ਦੇ ਵਿੱਚ ਧਰਨ ਮਤਲਬ ਕੱਟ ਦੇ ਸੰਬੰਧ ਦੇ ਵਿੱਚ ਇਹ ਧਰਨਾ ਲੱਗਿਆ ਹੋਇਆ ਜੀ ਉਹਦੇ ਪੁਖਤਾ ਪ੍ਰਬੰਧ ਅਸੀਂ ਕੀਤੇ ਹੋਏ ਨੇ ਉੱਧਰ ਬੈਰੀ ਹਿੰਦ ਪੰਪ ਕੋਲ ਵੀ ਬੈਰੀਗੇਟਿੰਗ ਕੀਤੀ ਹੋਈ ਹੈ ਸਾਰਾ ਕੁਝ ਕੀਤਾ ਹੋਇਆ ਇੱਥੇ ਕੱਟ ਦੇ ਕੋਲ ਵੀ ਬੈਰੀਗੇਟਿੰਗ ਲੱਗੀ ਹੋਈ ਹੈ ਅਤੇ ਇਹ ਮਤਲਬ ਜਿਹੜੇ ਸਕੈਰਪੀਓ ਵਾਲਾ ਸੀਗਾ ਇਹ ਗੱਡੀ ਮਤਲਬ ਪੂਰੀ ਸਪੀਡ 'ਤੇ ਆ ਰਿਹਾ ਸੀ ਸਪੀਡ 'ਤੇ ਇਹਨੇ ਕੁਛ ਨਹੀਂ ਦੇਖਿਆ ਵੀ ਮੂਹਰੇ 2 ਕਿਸਾਨ ਵੀ ਪਏ ਸੀ ਇੱਥੇ ਟੈਂਟ ਲੱਗਿਆ ਸੀ ਇਹਨੇ ਗੱਡੀ ਪੂਰੀ ਸਪੀਡ ਨਾਲ ਮਾਰੀ ਜਿਹੜੀ ਕਿ ਟਰਾਲੀ ਵੀ ਪਲਟ ਗਈ ਇਹ ਮਤਲਬ ਇਹਦੀ ਜਾਂਚ ਕੀਤੀ ਜਾ ਰਹੀ ਹੈ ਜਿਹੋ ਜਿਹੀ ਕੋਈ ਕਾਰਵਾਈ ਹੋਇਆ ਉਹਨੂੰ ਚਲਿਆਂਗੇ ਨਹੀਂ ਵੈਸੇ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਗੱਡੀ ਦਾ ਹੀ ਹੋਇਆ ਕੋਈ ਪ੍ਰਸ਼ਾਸਨ ਦੀ ਗਲਤੀ ਨਹੀਂ ਜੀ ਇਹ ਜਾਣ ਬੁੱਝ ਕੇ ਉਧਰੋਂ ਆਇਆ ਵੀ ਇਹਨੂੰ ਪਤਾ ਨਹੀਂ ਲੱਗਿਆ ਵੀ ਧਰਨੇ ਉੱਤੇ ਬੈਰੀਗੇਟ ਲੱਗੇ ਹੋਏ ਨੇ ਵੀ ਘੱਟੋ ਘੱਟ ਬੰਦੇ ਨੂੰ ਪਤਾ ਤਾਂ ਲੱਗ ਜਾਂਦਾ ਵੀ ਬੈਰੀਗੇਟ ਕਿਉਂ ਲਾਏ ਗਏ ਨੇ ਇੱਥੇ ਇਹਦੀ ਅਣਗਹਿਲੀ ਆ ਜੀ ਇਹ ਅਸੀਂ ਜਾਂਚ ਕਰ ਰਹੇ ਹਾਂ ਵੀ ਜਿਹੋ ਜਿਹੀ ਕਾਰਵਾਈ ਉਹ ਕੰਮ ਨੂੰ ਚਲਿਆਂਗੇ